ਤੂੰ ਟੁਆ ਟਿਸ਼ਰਟਿਆ ਲਈਆ ਤੇ ਅੱਜ ਅੱਜ ਤੱਕ ਬੰਦੇ ਨਾਲ ਮੇਕ ਨਹੀਂ ਹੋ ਲੈ ਜਾਂਦਾ ਕਿਉਂ ਨਹੀਂ ਬੋਲਿਆ ਜਾਂਦਾ ਬੋਲ ਤੂੰ ਬੋਲ ਹੁਣ ਇੱਦਾਂ ਹੀ ਬਹਿਗਾ ਇਹ ਕੋਲੇ ਤੇ ਵੇਗਾ ਤੇ ਸ਼ਾਮ ਹੈ ਸ਼ਾਮ ਹੋਈ ਨਾ ਇਵਨਿੰਗ ਹੋ ਗਈ ਆ 4:30 ਹੋ ਚੱਲੇ ਆ 4:30 ਹੋ ਚੱਲੇ ਅੱਜ ਸਾਰਾ ਦਿਨ ਅੰਦਰ ਹੀ ਲੰਘ ਗਿਆ ਸਾਡਾ ਗਾਇਸ ਬਾਹਰ ਨਿਕਲ ਕੇ ਕੋਈ ਫਾਇਦਾ ਹੀ ਨਹੀਂ ਠੰਡੀ ਬਹੁਤ ਜ਼ਿਆਦਾ ਆ ਅੱਜ ਬਹੁਤ ਹਾਂ ਅੱਜ ਬਹੁਤ ਜ਼ਿਆਦਾ ਧੂੜ ਆ ਤੇ ਹੋਰ ਆਲੇ ਠੀਕ ਹੋ ਮੇਰੇ ਵੀ ਬਾਲ ਬੋਲ ਖਿਲਰੇ ਆ ਆ ਦੇਖੋ ਆ ਆਪਾਂ ਨਾ ਹੀਟਰ ਲਗਾਇਆ ਕਿਉਂਕਿ 2-3 ਦਿਨ ਪਹਿਲੇ ਬੁਖਾਰ ਬਹੁਤ ਜ਼ਿਆਦਾ ਸੀ ਮੈਨੂੰ ਵੀ ਤੇ ਆਲੀਆ ਨੂੰ ਵੀ ਤੇ ਫਿਰ ਇਹਦੇ ਪਾਪਾ ਨੇ ਹੀਟਰਸ ਜ਼ਬਰਦਸਤੀ ਕਰਵਾਇਆ ਸੀ ਸ਼ੀਨੂ ਕੋਲ ਆ ਦੇਖੋ ਸਾਡਾ ਆਲੂ ਛੁੱਟਾ ਵਾ ਅੱਜ ਇਹਨੇ ਮੈਂ ਕਾਫੀ ਪੈਕ ਕੀਤਾ ਹੈ ਕਿਉਂਕਿ ਇਹ ਨਾ ਸਾਰੀ ਰਾਤ ਨਹੀਂ ਸੋ ਸਕੀ ਇਹਨੂੰ ਖਾਂਸੀ ਬਹੁਤ ਹੋ ਰਹੀ ਸੀ ਗਲਾ ਵੀ ਇਹਦਾ ਮੈਂ ਮਲਿਆ ਵੈਸੇ ਤੇਲ ਗਰਮ ਕਰਕੇ ਤੇ ਆ ਦੇਖੋ ਸ਼ਹਿਦ ਪਿਆ ਹੋਇਆ ਸ਼ਹਿਦ ਅਦਰਕ ਦਾ ਰਸ ਕੱਢ ਕੇ ਮਤਲਬ ਕਿ ਕਾਫੀ ਕੋਸ਼ਿਸ਼ ਕੀਤਾ ਦਵਾਈਆਂ ਵੀ ਲੈਂਦੀਆਂ ਪਰ ਕੁੜੀ ਦੀ ਖੰਘ ਨਹੀਂ ਸੀ ਰੋਕਰੀ ਤੇ ਹੁਣ ਥੋੜਾ ਫਰਕ ਆਉ ਸੁਤੀ ਹੋਈ ਆ ਤੇ ਸੌਰੀ ਅੱਜ ਇਹਦੇ ਆਪਾਂ ਸ਼ਾਰਟ ਨਹੀਂ ਪਾਏ ਹੈਗੇ ਕਿਉਂਕਿ ਇਹ ਠੀਕ ਨਹੀਂ ਸੀ ਹੈਗੀ ਕੱਲੇ ਦੇ ਆਪਾਂ ਸ਼ਾਰਟ ਜ਼ਰੂਰ ਪਾਵਾਂਗੇ ਤੇ ਠਾਲੀ ਆ ਆਪਾਂ ਪਹਿਲਾਂ ਆਲੂ ਨੂੰ ਵੇਖੀਏ ਕੀ ਕਹਿੰਦਾ ਆ ਆਲੂ ਹਲੋ ਮਗੂ ਉੱਜੋ ਅ ਚ ਇਧੋ ਇਧਰ ਆਓ ਇਧਰ ਆਉਂ ਤਾ ਉੱਤੋ ਉੱਤੋ ਰ ਆਹ ਕਿਹੜਾ ਪਾਈ ਬਣਿਆ ਆਹ ਕਿ ਪਾਈ ਬਣਿਆ ਆਹ ਜਾਲੂ ਨੂੰ ਨਾ ਇਹਦੇ ਦਾਦੂ ਨੇ ਆਹ ਵਾਲੀ ਕੈਪ ਦਿੱਤੀ ਸੀ ਫੌਜੀਆਂ ਵਾਲੀ ਕੈਪ ਆਹ ਦੇਖੋ ਇਹਦਾ ਕੱਪੜਾ ਕਿੰਨਾ ਗਰਮ ਆ ਜਿਹਦਾ ਕੰਬਲ ਨਹੀਂ ਹੁੰਦਾ ਉਦਾਂ ਦੀ ਕੈਪ ਆ ਨਿੱਗੀ ਬਹੁਤ ਆ ਆ ਆਸ਼ੀ ਨੂੰ ਆ ਕੀ ਬਣੀਏ ਡੱਕ ਡੱਕ ਵੀ ਨਹੀਂ ਡੱਕੂ ਵੀ ਨਹੀਂ ਆਜ ਪਾਈ ਸਾਡਾ ਠੀਕ ਆ ਹੁਣ ਖਾਂਸੀ ਹੂੰ ਹੈਲੋ ਬੋਲੋ ਸਾਰੇਆਂ ਨੂੰ ਹੈਲੋ ਗਾਇਜ਼ 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 ਤੇ ਦੇਖਣ ਦੇ ਕੋਲਾ ਸੁੱਤਾ ਵਿਆ ਜੀ ਕੋਲ ਇੰਨੀ ਜਲਦੀ ਉੱਠ ਗਿਆ ਹਾਲიანੇ ਕੱਲ ਤੇ ਸਾਰਾ ਦਿਨ ਖਾਣਾ ਨਹੀਂ ਸੀ ਖਾਦਾ ਅੱਜ ਫਿਰ ਮੈਂ ਇਹਨੂੰ ਬਰੈਡ ਲਿਆ ਕੇ ਦਿੱਤਾ ਸੀ ਕਿਉਂਕਿ ਇਹਨੂੰ 2-3 ਦਿਨ ਪਹਿਲੇ ਫੀਵਰ ਵੀ ਬਹੁਤ ਸੀ ਇਹਨੂੰ ਵੀ ਤੇ ਮੈਨੂੰ ਵੀ ਹੈਨਾ ਕੋਲੋ ਚੰਨ ਦੋਵਾਂ ਨੂੰ ਬੜਾ ਫੀਵਰ ਹੋ ਗਿਆ ਸੀ ਇਹ ਤੇ ਪਾਪਾ ਨੂੰ ਬਹੁਤ ਮਿਸ ਕਰ ਰਹੀ ਸੀ ਤਾਂ ਕਰਕੇ ਪਾਪਾ ਕਹਿੰਦੇ ਨੇ ਨਾਲੇ ਠੰਡ ਲੱਗ ਜੂਗੀ ਨਾਲੇ ਮੇਰਾ ਪੁੱਤ ਠੀਕ ਹੋ ਜਾਊਗਾ ਫੇਰ ਮੈਂ ਕਮਵਾਣਾ ਵੇ ਆਲੀਏ ਨੂੰ ਵੱਡਾ ਡੋਲ ਹਾਊਸ ਲੈ ਕੇ ਦੇਣਾ ਹੈ ਹਲੋ ਬੋਲ ਵੀ ਕੋਸ਼ਿਸ਼ ਦੀਦੀ ਥਲੇ ਮੁੱਕੇ ਮਾਰੀ ਜਾਂਦੇ ਸਾਈਂ ਨੇ ਨਾ ਕਰੀ ਨਾ ਕਰ ਆਲੇ ਉਹ ਠੀਕ ਹੈ ਨਾ ਖਾਂਸੀ ਕਿੰਨਾ ਫਰਕ ਪੈ ਗਿਆ ਹਣਾ ਰਾਤ ਨੂੰ ਇਹਨੇ ਸਾਨੂੰ ਨਹੀਂ ਸੌਣ ਦੇਣਾ ਨਹੀਂ ਨਹੀਂ ਹੁਣ ਠੀਕ ਆ ਸਾਰੀ ਰਾਤ ਇਹਨੇ ਸੌਣ ਨਹੀਂ ਦਿੱਤਾ ਨਹੀਂ ਛੇਨੂ ਰਜਾਈ ਛੱਡੀ ਪੁੱਤੋ ਦੀ ਰਜਾਈ ਛੱਡੀ ਹੁਣ ਹੁਣ ਉਹਦਾ ਵੀ ਕੱਟ ਕਰਨ ਦੀ ਹੈ ਖਾਂਚੀ ਪਹਿਲੇ ਸੌਰੀ ਰਾਤ ਤੇ ਬਹੁਤ ਮਾੜਾ ਹਾਲ ਨਹੀਂ ਇਹਦਾ ਤੇ ਅਲੀਆ ਸ਼ੌਟ ਪਾਏ ਨਹੀਂ ਪਾਈ ਨਹੀਂ ਨਹੀਂ ਠੰਡਾ ਵਾਚ ਕੱਲ ਪਾਵਾਂਗੇ ਕੱਲ ਪਾਵਾਂਗੇ ਠੀਕ ਆ ਆ ਪਤਾ ਹੀ ਤੇ ਵਲੌਗ ਵਿੱਚ ਦੱਸ ਦਿੱਤਾ ਕਿ ਅਲੀਆ ਠੀਕ ਨਹੀਂ ਹੈਗੀ ਕੱਲ ਆਊਗਾ ਅਲੀਆ ਦੇ ਨਿਊ ਸ਼ਰਟ ਆਪਣਾ ਨਾ ਉਹ ਵਾਲਾ ਜਿਹੜਾ ਤੁਸੀਂ ਲੋਕਟ ਲੈ ਕੇ ਆਏ ਨਾ ਕਿੱਥੇ ਰੱਖਿਆ ਉਹ? ਕੋਈ ਮੈਨੂੰ ਸੋਚ ਨਹੀਂ ਕਿੱਥੇ ਘੁਮ ਗਿਆ। ਮम्मा ਕਿੱਥੇ ਗਿਆ ਸਰਾਣੇ ਦੇ ਥੱਲੇ ਲੈ ਕੇ ਤੂੰ ਸੁੱਤਾ ਹੋਣਾ ਵਾ। ਉਹ ਛੱਡਣਾ ਨਹੀਂ ਤੂੰ ਪੰਜ 6 ਦਿਨ। ਅੱਜ ਮੈਂ ਨਾ ਦੁਕਾਨ ਤੇ ਗਈ ਸੀ ਦਿਵਸਤੇ ਬ੍ਰੈਡ ਲੈਣ ਤੇ ਉਹਨੇ ਨਾ ਦੁਕਾਨ ਵਾਲੇ ਅੰਕਲ ਨੇ ਹੈ ਨੀ? ਮੈਂ ਆਦੀ ਤੇ ਇਹਨੇ ਇਹ ਵੀ ਮੇਰੇ ਨਾਲ ਚਲ ਗਈ ਸੀ ਤੇ ਕਹਿੰਦੀ ਮम्मा ਮੈਂ ਆ ਲੈਣਾ ਹੀ ਲੈਣਾ ਕੀ ਨਾਮ ਹੈ ਇਹਦਾ ਆਲੀਆ ਸੁਣ। ਆ ਦੇਖੋ ਕਹਿੰਦੇ ਨਾ ਜੋ ਇਹਦੇ ਦਿਲ ਦੀ ਹੁੰਦੀ ਨਾ ਜੋ ਵੀ ਤੇ ਦਿਲ ਚ ਹੁੰਦਾ ਇਹਨੂੰ ਉਹ ਚੀਜ਼ ਮਿਲ ਹੀ ਜਾਂਦੀ ਆ ਇਹਨੂੰ ਉਹ ਲੋਕੇਟ ਬਹੁਤ ਟਾਈਮ ਤੋਂ ਚਾਹੀਦਾ ਸੀ ਪਰ ਇਹ ਸਾਨੂੰ ਮਾਰਕੀਟ ਚ ਕਿਤੇ ਨਹੀਂ ਮਿਲਦਾ ਅੱਜ ਉਹਨੇ ਵੇਖ ਲਓ ਅੰਕਲ ਨੇ ਵੀ ਲਿਆ ਕੇ ਰੱਖੇ ਡੱਬੇ ਚ ਤੇ ਲੈ ਕੇ ਹੀ ਆਈ ਆ ਆਲੀਆ ਦਾ ਫੇਵਰੇਟ ਕਾਰਟੂਨ ਚਿੰਚ ਚੈ ਅਲੋ ਕਿ ਕਿਹਦੇ ਵਿੱਚ ਲਗਾਉਣਾ ਤੂੰ ਲੋਕੇਟ ਨੂੰ ਇਦਾਂ ਫੜੋ ਇਦਾਂ ਮੈਂ ਇਦਾਂ ਹੀ ਫੜ ਕੇ ਰੱਖਣਾ ਹਾਂ ਮੈਂ ਇਦਾਂ ਫੜ ਕੇ ਰੱਖਣਾ ਕਿਹਦੇ ਵਿੱਚ ਲਾਉਣਾ ਇਹ ਜਿਮੈਟਰੀ ਵਿੱਚ ਜਿਮੈਟਰੀ ਚ ਤੇ ਫਿਰ ਉੱਥੇ ਸਕੂਲ ਕਿਸੇ ਨੇ ਕੱਢ ਲੈਣਾ ਵਾ ਕੱਢ ਕੇ ਤਾਂ ਦੱਸੇ ਹੂੰ ਕੱਢ ਕੇ ਤਾਂ ਦੱਸੇ ਅੱਛਾ ਜਿੱਦਾਂ ਤੇਰੀ ਕਾਪੀ ਕੱਢ ਲਈ ਸੀ ਮੁੜ ਕੇ ਮਿਲੀ ਨਹੀਂ ਅਜੇ ਤੱਕ ਤੂੰ ਸਾਰੀ ਅੱਜ ਤੇ ਗ੍ਰੀਨ ਗ੍ਰੀਨ ਬਣੀ ਐ ਪਹਿਲੇ ਬਲੂ ਬਣੀ ਸੀ ਬਲੂ ਪਜਾਮਾ ਆ ਆ ਉਹ ਚੱਪਲ ਬਾਚੋ ਪਹਿਲੇ ਮੰਮਾ ਨੇ ਗ੍ਰੀਨ ਜੈਕਟਰ ਵੀ ਪਾਈ ਹੋਈਗੀ ਮੈਂ ਤਾਂ ਕੱਪੜੇ ਜ਼ਿਆਦਾ ਪਾਏ ਸੀ ਕੇ ਠੀਕ ਹੋ ਜਾ ਕਿਉਂਕਿ ਧੁੱਪ ਤੇ ਨਿਕਲਣੀ ਨਹੀਂ ਪਤਾ ਹੁਣ 1-2 ਦਿਨ ਤੇ ਫਿਰ ਠੰਡ ਲੱਗ ਜਾਣੀ ਸੀ ਜੈਕਟ ਲੱਗੀ ਗਈ ਸੀ ਠੰਡ ਲੱਗ ਗਈ ਜਾਣੀ ਸੀ ਜੈਕਟ ਕਿਉਂ ਲਾਈ ਆਲੀ ਆ ਵੀ ਦੱਸ ਦੇ ਅੱਜ ਇਹਨੂੰ ਮੈਂ ਇਹ ਵਾਲੀ ਕੈਪ ਤਾਂ ਪਾਈ ਆ ਕਿ ਲਾ ਨਾ ਸਕੇ ਇਹ ਬਾਰ-ਬਾਰ ਜਦੋਂ ਕੈਪ ਲਾ ਕੇ ਸੁੱਟਦੀ ਹੈ ਨਾ ਉਹ ਵੀ ਫਿਰ ਇਹਦੇ ਸਿਰ ਨੂੰ ਹਵਾ ਲੱਗ ਜਾਂਦੀ ਆ ਆਈ ਹੋ ਗਿਆ ਕੰਮ ਸ਼ੁਰੂ ਨਹੀਂ ਮੈਂ ਫਿਰ ਗਲਾ ਇਹਦਾ ਮਲਾ ਲਿਓਣਾ ਆ ਪਿੰਨੇ ਸੋ ਲਿਆ ਹੁਣ ਕੰਮ ਨਹੀਂ ਇਹਦਾ ਸ਼ੁਰੂ ਹੋਣ ਦਿੰਦੇ ਤਾਂ ਫਿਰ ਗਲ ਮਲਾ ਦਾਂ ਨਾ ਇੱਕ ਅੱਧੀ ਵਾਰੀ ਕਸੀ ਨਾ ਆਇਆ ਪਰ ਅਲੀਆ ਰਾਤ ਨਾਲੋਂ ਤੇ ਪੁੱਤ ਠੀਕ ਹੈ ਨਾ ਖਾਂਸੀ ਹੁਣ ਇੰਨੀ ਨਹੀਂ ਨਾ ਹੋਣੀ ਰਾਤ ਤੇ ਫੇਰ ਉਹ ਲ ਆ ਪਾ ਇਹ ਤੁਸਾਨੂੰ ਸੌਣ ਨਹੀਂ ਦੇਣਾ ਪਾਪਾ ਦਾ ਫੋਨ ਆਇਆ ਸੀ ਅਲੀਆ ਪਾਪਾ ਦਾ ਫੋਨ ਆਇਆ ਸੀ ਕਹਿੰਦੇ ਆਲੂ ਨੂੰ ਪੁੱਛੋ ਆਲੂ ਨੇ ਹੁਣ ਕਿੱਥੇ ਘੁੰਮਣ ਜਾਣਾ ਜਦੋਂ ਮੈਂ ਆਉਂਗਾ ਜਦੋਂ ਪਾਪਾ ਆਉਣਗੇ ਉਦੋਂ ਹੀ ਦੱਸ ਦੰਗੇ ਯਾ ਜੇ ਸਾਨੂੰ ਆਪ ਨਹੀਂ ਪਤਾ ਓਏ ਉਨੇ ਸਿੱਧਾ ਆਸਟ੍ਰੇਲੀਆ ਹੀ ਜਾਣਾ ਸੀ ਨੂੰ ਅੱਜ ਇਹ ਬੋਲੀ ਫਿਰਦਾ ਆਸਟ੍ਰੇਲੀਆ 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 ਇੱਕ ਦਾ ਆਸਟ੍ਰੇਲੀਆ ਕਿਹੜਾ ਹੁੰਦਾ ਆਸਟ੍ਰੇਲੀਆ ਤੇ ਬਹੁਤ ਵੱਡਾ ਤੂੰ ਪਾਪਾ ਦੇ ਕੋਲੇ ਚਲ ਜਾ ਮਸਤਕ ਆਸਟ੍ਰੇਲੀਆ ਪਾਪਾ ਤੇ ਉੱਥੇ ਆ ਕਿੱਥੇ ਆ ਕੀ ਕਹਿੰਦੇ ਕੀ ਕਹਿੰਦੇ ਮਕਸਦ ਹੈ ਨਹੀਂ ਪਾਪਾ ਇੱਕ ਕੰਟਰੀ ਜਿੱਕੇ 오ਮਾਨ 오ਮਾਨ ਉਹਨਾਂ ਦਾ ਮਕਸਦ ਹੈ ਇੱਕ ਦਿਨ ਕਹਿੰਦੇ ਮਕਸਦ ਆ ਕੀ ਕਹਤਾ ਸਟ੍ਰੈਲੀਆ ਨਹੀਂ ਅੱਜ ਸਕੂਲ ਆਈ ਪਾਪਾ ਹਣੀ ਬਣਾਉਂਦੇ ਅਰੇ ਪਰ ਪਾਪਾ ਹਣੀ ਬਣਾਉਂਦੇ ਆ ਸਾਨੂੰ ਤੇ ਅੱਜ ਪਤਾ ਲੱਗਾ ਕਿ ਆਲੀ ਦੇ ਪਾਪਾ ਹਣੀ ਬਣਾਉਂਦੇ ਕੀ ਕਰਦੇ ਟਾਈਓ ਮਧੂਮੱਖੀਆਂ ਨਾਲ ਲੜ ਲੜ ਕੇ ਮੋਟੇ ਹੋ ਗਏ ਨਹੀਂ ਤੇਲ ਬਣ ਤੇਰੇ ਨੀਨੇ ਨੂੰ ਪਾਪਾ ਦਾ ਕੋੜ ਆਉਗਿਆ ਤੇ ਪਾਪਾ ਨੂੰ ਕਹੀ ਕਿ ਆਲੀ ਕੇ ਨਹੀਂ ਮੇਰੇ ਪਾਪਾ ਨੂੰ ਪਤਾ ਹੀ ਹੈ ਮੇਰੇ ਪਾਪਾ ਹੰਨੀ ਬਣਾਉਂਦੇ ਜਿੱਦਾਂ ਗਾਇਸ ਇੱਕ ਵਾਰੀ ਨਾ ਜਸਲੀਨ ਛੋਟੀ ਸੀ ਉਦੋਂ ਤੇ ਇਹਦੀ ਮੈਮ ਨੇ ਨਾ ਜਸਲੀਨ ਨੂੰ ਕਿਹਾ ਹੈ ਨਾ ਜਸਲੀਨ ਜਸਲੀਨ ਨੂੰ ਇਹਦੀ ਮੈਮ ਨੇ ਕਿਹਾ ਕਿ ਸ਼ੀਨੂ ਆਪਣੇ ਨਾ ਪਾਪਾ ਕੋਲੋਂ ਮੈਨੂੰ ਨਾ ਟੌਫੀਆਂ ਮਗਾ ਕੇ ਦੇਈ ਤੇ ਸ਼ੀਨੂ ਕਹਿੰਦੀ ਲੈ ਮੇਰੇ ਪਾਪਾ ਕਾਦੇ ਵਾਸਤੇ ਕਮਾਉਂਦੇ ਆ ਤੁਹਾਡੇ ਵਾਸਤੇ ਕਮਾਉਂਦੇ ਆ ਆਪਣੀ ਟੀਚਰ ਨੂੰ ਕਹਿੰਦੀ ਸੀ ਇੱਦਿ ਕਾਦੇ ਵਾਸਤੇ ਕਹਾਂਦੇ ਮੇਰੇ ਪਾਪਾ ਤੁਹਾਡੇ ਵਾਸਤੇ ਕਹਾਂਦੇ ਮੈਂ ਘਰ ਜਾ ਕੇ ਫੋਨ ਕਰੂੰਗਾ ਮੇਰੀ ਮੈਡਮ ਨੂੰ ਪੈਸੇ ਭੇਜੋ ਇੱਦਿ ਕਾਇ ਇਹਨੇ ਜਿਹਨਾਂ ਤੋਂ ਬਰਨ ਮੈਡਮ ਜੀ ਕਸ਼ ਮम्मा ਮम्मा ਲਓ ਆਪਾ ਉਹ ਤਾਂ ਅੰਤਲੇ ਕਾਇ ਇਹਨੇ ਛੱਲਾ ਹੈ ਨਾ ਉਹ ਤਾਂ ਸਦਾ ਮੇਰੇ ਇੱਥੇ ਵਾਰ ਹੋਇਆ ਹੈਗਾ ਜਦੋਂ ਸਾਡੇ ਲੱਗੀ ਕਿਦੋਂ ਇਦੋਂ ਇਦੋਂ ਇੱਥੇ ਕਾਇਗਾ ਕੀ ਦੇਖ ਲੋ ਮੇਰੇ ਹੱਥਾਂ 'ਚ ਇਹਦਾ ਛਿੰਚਾਂ ਦਾ ਤੇਰੇ ਮੂਤ ਨਹੀਂ ਬੱਜੀ ਐ ਕਿ ਚਪੇੜ ਮਾਰੀ ਇਹ ਬਚਾ ਦੇ ਦੇ ਨਿਸ਼ਾਨ ਛਿੰਵੇਲਾ ਧੂੜਾ ਕਰਕੇ ਆਪਾਂ ਆਉਦਾਂ ਇਸ ਧੂੜਾਂ 'ਚ ਆਪਾਂ ਅੰਦਰ ਬੰਦ ਹੋਏ ਆ ਤੇ ਪਿਛਲੀ ਵਾਰੀ ਛੀਨਵੇਲਾ ਸਮਾਈਲ ਕਰੀ ਜਾਂਦੀ ਨੂੰ ਇਹਨਾਂ ਨਹੀਂ ਪਤਾ ਕਿ ਵਿਚਾਰੀ ਨੂੰ ਖੰਗ ਆਂਦੀ ਪਈ ਤੇ ਤਾਂ ਹੀ ਕਰਦੀ ਪਈ ਉਹ ਕੋਈ ਸ਼ੌਂਕ ਨੂੰ ਕਰਦੀ ਪਈ ਐ ਤੈਨੂੰ ਹਾਸਾ ਆਉਂਦਾ ਜੇ ਤੈਨੂੰ ਜਿਆਦਾ ਡਿਸਟਰਬਿੰਗ ਹੁੰਦੀ ਆ ਓਦੇ ਤਾਂ ਤਾਂ ਆਪਣਾ ਝੁੱਕ ਕੇ ਨਰਜਾਈ ਤਰਾਸ ਤੂੰ ਉਧਰ ਚੱਲ ਜੀ ਡੋਰ ਜੀ ਉਧਰ ਛੇੜ ਮੈਂ ਅੱਜ ਪਾਪਾ ਨੂੰ ਕੀ ਕਿਹਾ ਭਲਾ ਕੀ ਬੋਟ ਕੈਨਾ ਸੀ ਹਾਊਸ ਬੋਟ ਵੇਹਗੇ ਨਹੀਂ ਮੈਨੂੰ ਗਲਤੀ ਲੱਗਦੀ ਨਾ ਕੈਨਾ ਸੀ ਹਾਊਸ ਬੋਟ ਕਸ਼ਮੀਰ ਵਿੱਚ ਜਿਹੜੀ ਹੁੰਦੀਆਂ ਤੇ ਮੈਂ ਕਹਿ ਦਿੱਤਾ ਸੀ ਮੈਕੇ ਹਾਊਸ ਬੋਰਡ ਹਾਟ ਸਪੌਟ ਕਿੱਥੇ ਆ ਹਾਟ ਸਪੌਟ ਕਿੱਥੇ ਆ ਰਹਿੰਦੇ ਆ ਉੱਥੇ ਕੀ ਉੱਥੇ ਕੀ ਕਰਨਾ ਹਾਟ ਸਪੌਟ ਫੇਰ ਮੈਂ ਵੀ ਸੋਚਣਾ ਲੱਗੂ ਹਾਊਸ ਬੋਰਡ ਹੁੰਦਾ ਹਾਊਸ ਸਪੌਟ ਅਮਾ ਜੀ ਆਪਾਂ ਜੀ ਨੂੰ ਤੇ ਲਾ ਪਿਛਲੀ ਠੰਡ ਚ ਕਿੱਥੇ ਹੀ ਆਪਾਂ ਇਹਨਾਂ ਦਿਨਾਂ ਚ ਦਿੱਲੀ 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 ਨਹੀਂ ਦਲੋਦ ਜੀ ਨਹੀਂ ਸੀ ਬੇਟਾ ਦਲੋਦ ਜੀ ਤੋਂ ਆਗੇ ਸੀ ਇੱਕ ਦੋ ਤਰੀਕ ਨੂੰ ਆਪਾਂ ਦਿੱਲੀ ਗਏ ਸੀ ਫੇਰ ਬਾਏ ਬਾਈ ਐਰ ਨਹੀਂ ਏਰੋਪਲੇਨ ਚ ਏਰੋਪਲੇਨ ਤੇ ਸੀ ਨੂੰ ਤੇ ਏਰੋਪਲੇਨ ਚ ਰੋਈ ਪਈ ਸੀ ਰੋਈ ਥੋੜੀ ਨਾਲ ਥੋੜਾ ਥੋੜਾ ਰੋਈ ਡਰ ਲੱਗਾ ਡਰ ਲੱਗਾ ਸੀ ਆਲੀਆ ਦਾ ਡਾਂਸ ਕਰਦੀ ਸੀ ਕੀ ਆਲੀਆ ਨੂੰ ਕੁਝ ਨਹੀਂ ਸੀ ਹੋਇਆ ਹਣ ਜਦ ਪਾਪਾ ਆਉਣਗੇ ਨਾ ਪਾਪਾ ਨੇ ਕਿਹਾ ਹੀ ਨਾ ਅਬ ਏਰੋਪਲੇਨ ਚ ਬਾਕੀ ਬੰਬੇ ਜਾਣਾ ਬੰਬੇ ਹਾਂ ਤੋ ਇਕੇਂਟਰੀ ਹਾ ਇਹ ਬੜੇ ਟ੍ਰਿਪ ਤੁਹਾਡੇ ਚੇਂਜ ਹੋਣੇ ਆ ਕੱਲ ਪਹਿਲੇ ਤੁਸੀਂ ਬੰਬੇ ਦੀਆਂ ਟਿਕਟਾਂ ਬੁੱਕ ਕਰਾਤੀਆਂ ਹੁਣ ਉਹ ਕੈਨਸਲ ਕਰਾਈਆਂ ਹੁਣ ਮੈਨੂੰ ਕੀ ਪਤਾ ਤੈਨੂੰ 2 ਮਹੀਨਿਆਂ ਚ ਕੀ ਕੀ ਕਰਨਾ ਵਾ ਬਸ ਪਾਪਾ ਦੇ ਪੈਸੇ ਲਮਾਉਣੇ ਲਮਾਉਣੇ ਆ ਇਹ ਆ ਵੀ ਪੈਸੇ ਰਹਿ ਨਾ ਜਾਣ ਪੁੱਲੂ ਹਾਂਜੀ ਚਾਹ ਪੀਣੀ ਪੀਣੀ ਮੋੜ ਕੇ ਕਿ ਫੇਰ ਉਹ ਵੇਸੀ ਨੂੰ ਰਵੇ ਕਿੱਡੀ ਜਲਦੀ ਨਾ ਕੀਤੀ ਸ਼ੀਨੂ ਕੋਈ ਕੰਮ ਤੇ ਕਰ ਲਿਆ ਕਰ ਇਹ ਕੀਵੇਂ ਤੱਕ ਨਹੀਂ ਪਾਰੇ ਅਵਰੇ ਲੱਤਾਂ ਤੇ ਬੈਗੇ ਆ ਬੈਗੇ ਨਹੀਂ ਪੈਗੇ ਆ ਚੱਲਾ ਲਈ ਤੂੰ ਤੇ ਨੀਂਦ ਪੂਰੀ ਕੱਲੀ ਹੁਣ ਰਾਤ ਨੂੰ ਫੇਰ ਸਾਾਨੂੰ ਜਗਾਈ ਹੈ ਨਾ ਆ ਜਾ 8 ਵੱਲੇ ਜਾ 8 ਵਜੇ ਤੋਂ ਪਹਿਲਾਂ ਲਾਈਟ ਨਹੀਂ ਬੰਦ ਕਰਨੀ ਤੈਨੂੰ ਤੇ ਭਾਵੇਂ 12 ਵਜੇ ਤੱਕ ਕਰੇ ਤਾਂ ਤੈਨੂੰ ਕੋਈ ਫਿਕਰ ਹੀ ਨਹੀਂ ਹੁੰਦਾ ਨਹੀਂ ਅੱਜ ਨੂੰ 8 8:30 ਤੋਂ ਪਹਿਲਾਂ ਨਹੀਂ ਲਾਈਟ ਬੰਦ ਕਰਨੀ ਲਿਆਓ ਫਿਰ ਚਾਹ ਚਾਹ ਕਿੰਨੀ ਕਿਵਾਰੀ ਪੀਣੀ ਤੇ ਹੁਣ ਮੈਂ ਸਵੇਰ ਦੀ ਪੀਤੀ ਆ ਕੰਨਾ ਤੇ ਨਾ ਖਾਲੀ ਕਿਤੇ ਤੂੰ ਐਵੇਂ ਪਾਪਾ ਕੋਲ ਮੈਨੂੰ ਗਾਲ੍ਹਾਂ ਪੁਆਏਂਗੀ ਦੇ ਹੁਣੇ ਤੇਰਾ ਕਪੜਾ ਕਿ ਆਇਆ ਉਹ ਤਾਂ ਇੱਥੇ ਪਏ ਹੀ ਸਿਹਰ ਦੇ ਜਿਸ ਨੇ ਸੱਚ ਬੋਲਿਆਗਾ ਦੋ ਕੱਪ ਦੋ ਇੱਕ ਤੇਰਾ ਹੀ ਇੱਕ ਮੇਰਾ ਮੈਂ ਤਾਂ ਚਾਹ ਪੀਤੀ ਨਹੀਂ ਗੱਡੀ ਝੂਠੀ ਗੁੜੀਆ ਜ਼ਬਰਦਸਤੀ ਗਈ ਜਾਂਦੀ ਚਾਹ ਪਿੰਦੇ ਚਾਹ ਪਿੰਦੇ ਉਹ ਵੇਖ ਬਾਹਰ ਕੋਈ ਆਇਆ ਜਾਂ ਵੇਖ ਹਾਂਜੀ ਚਾਹ ਬਣ ਗਈ ਆ ਚਾਹ ਬਣ ਗਈ ਆ ਤੇ ਨਾਲ ਹੀ ਤੇਲ ਵੀ ਗਰਮ ਕਰ ਲਿਆ ਇਹ ਆਲੀਆ ਦਾ ਗਲਾ ਹੁਣ ਫੇਰ ਮਲਣਾ ਵਾ ਤੇ ਆਲੀਆ ਚਾਹ ਨਾਲ ਖਾ ਰਹੀ ਆ ਬ੍ਰੈਡ ਕੀ ਗਾ ਟੇਸਟ ਨਹੀਂ ਲੱਗਦਾ ਇਹਨੂੰ ਜ਼ਿਆਦਾ ਗਰਮ ਕਰਕੇ ਹੀ ਦੇਈ ਦੇ ਪਰ ਅੱਜ ਪਹਿਲੀ ਵਾਰੀ ਜੈਮ ਨਹੀਂ ਬੇਟਾ ਜੈਮ ਨਹੀਂ ਦੇਣ ਨਾਲੇ ਠੰਡ ਜੇ ਖਤਮ ਹੋ ਗਿਆ ਡੇਟ ਦੀ ਗੱਲ ਨਹੀਂ ਹੈਗੀ ਜੈਮ ਲਿਆਂਦਾ ਕਿੰਨੇ ਆ ਜੈਮ ਹੈਗਾ ਸੀ ਪਰ ਉਹ ਅਲੀ ਬ੍ਰੈਡ ਲੈ ਲੈ ਬੇਟਾ ਉੱਠ ਜਾ ਮੇਰਾ ਪੁੱਤ ਉੱਠ ਮੇਰਾ ਕੁੱਕ ਉੱਠ ਜਾ ਮੇਰਾ ਕੁੱਕ ਉੱਠ ਜਾ ਥੋੜਾ ਜਿਹਾ ਖਾ ਲੈ ਥੋੜਾ ਜਿਹਾ ਖਾ ਲੈ ਪੁੱਤ ਬੀਬਾ ਪੁੱਤ ਬਣ ਕੇ ਚੱਲ ਉੱਠ 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 ਮੇਰਾ ਪੁੱਤ ਉੱਠ ਲੈ ਆ ਮੈਂ ਤੈਨੂੰ ਫੇਰ ਇਹਦੇ ਵਿੱਚ ਡਿਪ ਕਰਕੇ ਦਿੰਨੀ ਚਾਚ ਥੋੜਾ ਆ ਜਾ ਤੇ ਲੂਣ ਨਾਲੋਂ ਘਾਲੂ ਨਹੀਂ ਲੂਣ ਨਹੀਂ ਲਾਉਣਾ ਲੂਣ ਨਾਲ ਫਿਰ ਜ਼ਿਆਦਾ ਗਲ ਖਰਾਬ ਹੁੰਦਾ ਵੇਲਾ ਫਿਰ ਮੈਂ ਤੈਨੂੰ ਜੋ ਕਹਿਨੀ ਆ ਤੁਹਾਨੂੰ ਤੇ ਲੈ ਕੇ ਦਿੰਨੀ ਆ ਨਾ ਫਿਰ ਤੂੰ ਵੀ ਮੇਰਾ ਕਹਿਣਾ ਮੰਨ ਡੋਲਾ ਉਸ ਪਾਪਾ ਉਹ ਤੇ ਪੱਕਾ ਮਿਲੂਗਾ ਪੂਰਾ ਕਮਰਾ ਆਪਾਂ ਖਡਾਉਣੇ ਆ ਨਾ ਭਰਨਾ ਕੋਈ ਰਹਿ ਨਾ ਜਾਏ ਅੱਗੇ ਬਾਹਰ ਕਾਉਂਟਰ ਜਿਹੜਾ ਉਹ ਵੀ ਪੂਰਾ ਭਰਿਆ ਮਿਲ ਜੇਗਾ ਮਿਲ ਜੇਗਾ ਬ੍ਰੈਡ ਖਾ ਲਾ ਲਈ ਅੱਖਾਂ 'ਚ ਬੈਣੇ ਛਿੱਟੇ ਚਾਹ ਦੇ ਗਰਮ ਹਾਂਜੀ ਗਾਇਸ ਤੇ ਆ ਹੁਣ ਆਪਾਂ ਉੱਪਰ ਆਏ ਆ ਕੱਲੀ ਮੈਂ ਹੀ ਆਈ ਆ ਉੱਤੇ ਕਿਉਂਕਿ आलिया ਥੱਲੇ ਹੀ ਆ ਹਜੇ ਉਹਦਾ ਗਲਾ ਬੁਲਾਉਂਦੇ ਹੋਏ ਆ ਆਪਾਂ ਯਾ ਦੇਖੋ ਕਿੰਨੀ ਜ਼ਿਆਦਾ ਠੰਡ ਪਈ ਆ ਕਰੀਬਨ 5:30 ਹੋ ਚੁੱਕੇ ਆ ਬਹੁਤ ਠੰਡੀ ਹਵਾ ਚੱਲ ਰਹੀ ਆ ਤੇ ਠੰਡ ਵੀ ਬਹੁਤ ਜ਼ਿਆਦਾ ਆ ਹਾਂਜੀ ਹੁਣ ਆਲੀਆ ਨੇ ਆਪਣਾ ਗਲਾ ਮਲਾ ਲਿਆ ਤੇ ਤੇਲ ਲਾਤਾ ਤਾਂ ਆ ਦੇਖੋ ਆਲੀਆ ਨੂੰ ਲੱਗ ਪਈ ਸੀ ਹਲੂ ਕਿਉਂ ਦੇਸੀ ਇਹਦੇ ਨਾਲ ਖੱਲੀਆਂ ਪਈਆਂ ਸੀ ਲੱਤਾਂ ਤੇ ਬਾਹਾਂ ਤੇ ਉਹ ਮਲੀਆਂ ਫਿਰ ਤੇਲ ਨਾਲ ਤੇ ਥੋੜਾ ਸੌਫਟ ਹੋਇਆ ਗਲੇ ਨੂੰ ਮਲਿਆ ਤੇ ਆਲੀਆ ਤੇ ਰੋਣੀ ਲੱਗ ਗਈ ਪੀੜੋਂ ਡੀ ਹੈ ਨਾ ਆਲੀਆ ਹੁਣ ਠੀਕ ਆ ਤੇ ਹੁਣ ਬਸ ਥੋੜਾ ਜਿਹਾ ਠੀਕ ਹੋਈਏ ਨਾਲੇ ਇੰਨੇ ਸੋ ਵੀ ਲਿਆ ਆ ਤੇ ਹੁਣ ਥੋੜੀ ਆਪਣੀ ਪੇਂਟਿੰਗ ਪੁੱਟਿੰਗ ਕਰੂੰਗੀ ਪੇਂਟਿੰਗ ਪੁੱਟਿੰਗ ਪੇਂਟਿੰਗ ਪੁੱਟਿੰਗ ਕੇ ਪੇਂਟਿੰਗ 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 ਕਰੂੰਗੀ ਨਾਲੇ ਖੇਡੂਗੀ ਖਿਡੌਣਿਆਂ ਨਾਲ ਆਸਟ੍ਰੇਲੀਆ ਆਸਟ੍ਰੇਲੀਆ ਆਲੀਏ ਕਿ ਨਹੀਂ ਮੈਂ ਆਸਟ੍ਰੇਲੀਆ ਜਾਣਾ ਆ ਆਸਟ੍ਰੇਲੀਆ ਤੇ ਆਲੀਏ ਨੇ ਇਦਾਂ ਸਮਝਿਆ ਵਾ ਕਿ ਜਿੱਦਾਂ ਧਾਰੀਵਾਲ ਤੋਂ ਬਟਾਲਾ ਹੈ ਨਾ ਹੈ ਨਾ ਆਸਟ੍ਰੇਲੀਆ ਚਲੋ ਠੀਕ ਆ ਫਿਰ ਬੇਟਾ ਬਾਏ ਬਾਏ ਕਰ ਦੋ ਨਾਲੇ ਸਾਰਿਆਂ ਨੂੰ ਥੈਂਕ ਯੂ ਕਰੋ ਕਿਉਂਕਿ ਤੇਰੇ ਕੱਲ ਵਾਲੇ ਜਿਹੜੀ ਸ਼ਾਰਟ ਸੀ ਨਾ ਉਹਨਾਂ ਨੂੰ ਬਹੁਤ ਸਾਰਾ ਪਿਆਰ ਮਿਲਿਆ ਹੈ ਜਿਹੜੇ ਦਿਨ ਪਿਆਰ ਕਰਦੇ ਨਾ ਬਹੁਤ ਪਿਆਰ ਦਿੱਤਾ ਉਹਨਾਂ ਨੇ ਤੇਰੇ ਸ਼ਾਰਟ ਨੂੰ ਇਸ ਕਰਕੇ ਥੈਂਕ ਯੂ ਕਰ ਦੋ ਤੇ ਫਿਰ ਕੱਲ ਮਿਲਾਂਗੇ ਨਿਊ ਸ਼ਾਰਟ ਨਾਲ ਕਿ ਕਿ ਆਜਾ ਨਹੀਂ ਆ ਠੀਕ ਨਹੀਂ ਸੀ ਇਸ ਕਰਕੇ ਸ਼ਾਰਟ ਨਹੀਂ ਪਾਏ ਹੈ ਨਾ ਬੋਲੋ ਗਾਇਸ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੇ ਕਾਲ ਵਾਲੇ ਸ਼ਾਰਟ ਨੂੰ ਇੰਨਾ ਪਿਆਰ ਦਿੱਤਾ ਇਹ ਦਾਈ ਦੇ ਤੇਰੇ ਹੋ ਪਰ ਮੈਂ ਤੁਹਾਨੂੰ ਮਿਲੂੰਗੀ ਕਾਲ ਦੇ ਨਿਊ ਚੋਰ ਚ ਉਹਦੇ ਲਈ ਬਾਏ ਬਾਏ ਐਂਡ ਟੇਕ ਕੇਅਰ